ਪਰ ਮੈਂ ਤਾਂ ਤੁਹਾਨੂੰ ਇਹ ਯਾਦ ਦਿਵਾਉਣਾ ਚਾਹੁੰਦਾ ਬਿਜਲੀ ਬੋਰਡ ਦੀ, ਕਿਉਂਕਿ ਮੈਂ ਤੁਹਾਡੇ ਨਾਲ ਨੌਕਰੀ ਕਰਦਾ ਜੀ। ਭੰਗੜਾ ਪਾਉਂਦੇ ਸਾਹਿਬ ਮੋਹੀ ਸਾਹਿਬ ਦੇ ਸਾਰੇ ਉਸ ਵੇਲੇ ਦੀਆਂ ਯਾਦਾਂ ਦੀਆਂ ਜਿਹੜੀਆਂ ਉਹ ਬਿਜਲੀ ਬੋਰਡ ਵੀ ਕਮਾਲ ਸੀ। ਮੈਂ ਆਪਣੀ ਇੱਕ ਮੈਂ ਠੀਕ ਹੈ ਮੈਂ ਛੋਟੀ ਜਿਹੀ ਇੱਕ ਮੈਂ ਗਲਤੀ ਜਿਹੜੀ ਮੈਂ UBC ਦੇ ਹੁੰਦੇ ਹੋਏ ਮੈਨੂੰ ਨੌਕਰੀ ਮਿਲ ਗਈ। ਜਦੋਂ ਨੌਕਰੀ ਮਿਲ ਗਈ ਮੈਂ UDC ਦੀ ਜਿਹੜੀ ਮੇਰੀ ਪੋਸਟ ਸੀਗੀ ਜਿਹੜੀ ਜਗ੍ਹਾ ਮੇਰੀ ਕੁਰਸੀ ਮਿਲੀ ਮੈਨੂੰ ਮਿਲੀ ਸੀ ਮੈਂ ਮਾਫ਼ ਕਰਨਾ ਕਿ ਮੈਂ ਪਰ ਮੈਨੂੰ ਅੱਛਾ ਲੱਗੂਗਾ ਉਹ ਕਹਿਣ 'ਤੇ। ਹਾਂਜੀ ਹਾਂ ਤੁਸੀਂ ਸੁਣੀ ਮੇਰੀ ਸੀਗੀ ਡਾਕ ਵੰਡਣ ਦੇ ਉੱਤੇ ਜਿਹੜੀ ਡਾਕ ਆਉਂਦੀ ਸੀ ਸਾਡਾ ਚੀਫ ਆਡੀਟਰ ਦਾ ਆਫਿਸ ਹੁੰਦਾ ਸੀਗਾ ਉਹਦੇ ਵਿੱਚ ਜਿਹੜੀ ਵੀ ਡਾਕ ਆਉਂਦੀ ਸੀ ਉਹ ਮੈਂ ਅੱਗੇ ਪ੍ਰਸਾਰਣ ਕਰਨੀ ਹੁੰਦੀ ਸੀ ਮੈਂ ਉਹਨਾਂ ਨੂੰ ਦੇਣੇ ਸੀ ਹੁੰਦੇ ਜਿਹੜੇ ਉਹਦੇ ਨਾਲ ਕਨੈਕਟਡ ਸੀ ਉਹ ਉਹਨਾਂ ਨੂੰ ਦੇਣੇ ਹੁੰਦੇ ਸੀ ਅਤੇ ਮੈਂ ਪਤਾ ਚੱਕ ਕੇ ਮੈਂ ਇੰਨੇ ਇਕੱਠੇ ਹੋਏ ਯਾਰ ਹੁਣ ਕੀ ਕਰਾਂ ਮੈਂ ਬੋਰੀ ਰੱਖੀ ਵੀ ਸੀ ਮੈਂ ਫਿਰ ਬੋਰੀ 'ਚ ਪਾ ਪੂ ਕੇ ਉੱਪਰ ਟੰਗ ਦੇਣੇ ਉਹ ਕਈ ਦਿਨ ਇਸੇ ਤਰ੍ਹਾਂ ਦਾ ਚੱਲਦਾ ਰਿਹਾ। ਇੱਕ ਦਿਨ ਮੈਨੂੰ ਸਾਡੇ ਜਿਹੜੇ ਪ੍ਰਧਾਨ ਜੀ ਜਿਹੜੇ ਸੀਗੇ ਸਾਡੇ ਉਸਦੇ ਸਾਡੇ ਆਫਿਸਰ ਸੀਗੇ ਤਾਂ ਉਹਨਾਂ ਨੇ ਕਹਿੰਦੇ ਵੀ ਇਹ ਕਿੱਥੇ ਜਾਂਦੀ ਹੈ ਡਾਕ ਕਿੱਥੇ ਜਾਂਦੀ ਹੈ ਆਉਂਦੀ ਸਾਡੇ ਕੋਲ ਉਹਨਾਂ ਦੀਆਂ ਚਿੱਠੀਆਂ ਆ ਰਹੀਆਂ ਉਹਨਾਂ ਦੇ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਵੀ ਅਸੀਂ ਇੰਨੀਆਂ ਮਤਲਬ ਜਿਹੜੀਆਂ ਇੱਥੇ ਭੇਜੀਆਂ ਉਹ ਚਿੱਠੀਆਂ ਕਿੱਧਰ ਗਈਆਂ ਉਹ ਕਹਿੰਦੇ ਉਹ ਬੰਦੇ ਦਾ ਪਤਾ ਕਰੋ ਜਿਹੜਾ ਚਿੱਠੀਆਂ ਵੰਡਦਾ ਤਾਂ ਚਿੱਠੀਆਂ ਵੰਡ ਸਾਡੇ ਵਾਰੀ ਫੋਨ ਕੱਟ ਉਹ ਜਦੋਂ ਫਿਰ ਮੈਨੂੰ ਪੇਸ਼ ਹੋਣਾ ਪਿਆ ਜੀ ਉਹਨਾਂ ਦੇ ਪੇਸ਼ ਹੋਏ ਤੇ ਉਹ ਕਹਿੰਦਾ ਵੀ ਉਹ ਕਿੱਥੇ ਹੈ ਡਾਕ ਇੰਨੀ ਆਈ ਹੈ ਤੂੰ 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 ਸਾਰੇ ਨੂੰ ਦਿੰਦਾ ਕਿਉਂ ਨਹੀਂ ਹੈ ਇਹ ਕਿਆ ਆਪਣਾ ਮਜ਼ਾਕ ਬਣਾ ਰੱਖਿਆ ਕਾਹਦੇ ਵਾਸਤੇ ਤੂੰ ਇੱਥੇ ਆਇਆ ਜਦੋਂ ਬਹੁਤ ਗਰਮ ਹੋ ਗਏ ਮੇਰੇ ਮੇਰੇ ਮੂੰਹ ਤੋਂ ਸ਼ਬਦ ਨਹੀਂ ਨਿਕਲੇ ਉਹੀ ਰੋਣਾ ਹੀ ਨਿਕਲਿਆ ਮੇਰੇ ਕੋਲ ਮੇਰੇ ਮੂੰਹ 'ਚੋਂ ਨਹੀਂ ਮੇਰੀਆਂ ਅੱਖਾਂ 'ਚ ਮੇਰਾ ਦਿਲ ਭਾਵੁਕ ਹੋ ਗਿਆ ਮੈਂ ਉਹਨੂੰ ਕੀ ਦੱਸਾਂ ਕਿ ਮੇਰੀ ਮੇਰੀ ਤਕਲੀਫ ਕੀ ਹੈ ਮੈਂ ਇਸ ਕੰਮ ਵਾਸਤੇ ਨਹੀਂ ਬਣਿਆ ਮੈਂ ਆਇਆ ਨਹੀਂ ਮੈਂ ਲਾਇਆ ਗਿਆ ਮੇਰੀ ਕੁਦਰਤ ਹੈ ਮੇਰੀ ਪਤਾ ਨਹੀਂ ਮੈਨੂੰ ਮੇਰੀ ਡੈਸਟੀਨੇਸ਼ਨ ਕਿੱਥੇ ਲੈ ਮਤਲਬ ਜਿਹੜੀ ਡੈਸਟੀ ਕਿੱਥੇ ਲੈ ਕੇ ਜਾ ਰਹੀ ਸੋ ਮੈਂ ਪੂਰੀ ਕਰ ਲਵਾਂ ਗੱਲ ਉਹ ਜਦੋਂ ਮੇਰੀਆਂ ਅੱਖਾਂ 'ਚ ਪਾਣੀ ਦੇਖਿਆ ਉਹਨਾਂ ਨੂੰ ਉਹ ਅਫਸਰ ਵੀ ਪਿਕ ਲਈ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਮੇਰੇ ਬੱਚੇ ਪਲੀਜ਼ ਤੂੰ ਮੈਂ ਚੱਲ ਐਂ ਦੱਸ ਦੇ ਵਾ ਪਈ ਕਿੱਥੇ ਹੈ ਕਿੱਥੇ ਬਸ ਤੈਨੂੰ ਉਹ ਦੇ ਦੇ ਬਾਕੀ ਤੇਰਾ ਕੋਈ ਕੋਈ ਕੰਮ ਨਹੀਂ ਮਤਲਬ ਤੈਨੂੰ ਕੋਈ ਤਕਲੀਫ ਨਹੀਂ ਮੈਂ ਆਪਣੀ ਉਹ ਪੌੜੀ ਲਾਈ ਬੋਰੀ ਕੱਢੀ ਬੋਰੀ ਲਿਆ ਕੇ ਉਹਨਾਂ ਦੇ ਸਾਹਮਣੇ ਰੱਖ ਤੀ ਤਾਂ ਮੈਨੂੰ ਕਿਹਾ ਕਾਕਾ ਤੂੰ ਚੱਲ ਹੁੰਦਾ ਕੋਈ ਨਹੀਂ ਬੈਠ ਜਾ ਚਾਹ ਪੀ ਆਪ ਉਹ ਫਿਰ ਉਹਨਾਂ ਨੇ ਆਪਣੇ ਆਪ ਵੰਡ ਲਈ ਉਹ ਤਾਂ ਜਿਹੜਾ ਉਹ ਜਿਹੜੇ ਲੋਕ ਸੀਗੇ ਨਾ ਜੀ ਐਨੇ ਕਦਰ 'ਚ ਉਹਨਾਂ ਨੇ ਫਿਰ ਕਦੇ ਨਹੀਂ ਮੈਨੂੰ ਕਿਹਾ ਉਹਨਾਂ ਨੇ ਕਿਹਾ ਵੀ ਆਪਣੀ ਡਾਂਸ ਆਪ ਦੇਖੋ ਇਹ ਨਹੀਂ ਕਰੋਗੇ ਪਤਾ ਨਹੀਂ ਉਹਨਾਂ ਦੇ ਸ਼ਾਇਦ ਉਹਨਾਂ ਦੇ ਜ਼ਿਹਨ ਨੇ ਕਿਸੇ ਹੀਰੇ ਦੀ ਪਰਖ ਕਰ ਲਈ ਸੀ ਉਹਨੇ ਥੋੜ੍ਹੇ ਦਿਨਾਂ ਬਾਅਦ ਮੇਰਾ ਗੀਤ ਆ ਗਿਆ ਟੈਲੀਵਿਜ਼ਨ 'ਤੇ ਟੈਲੀਵਿਜ਼ਨ 'ਤੇ ਜਦੋਂ ਗੀਤ ਆਇਆ ਤਾਂ ਉਹਨਾਂ ਨੇ ਸਾਰਿਆਂ ਨੇ ਦੇਖਿਆ ਉਹ ਸਾਰੇ ਜਾ ਕੇ ਹੁਣ ਉਹਨਾਂ ਪ੍ਰਾਊਡ ਫੀਲ ਕਰਦਾ ਕੋਈ ਬੰਦਾ ਕਿ ਯਾਰ ਇਹ ਤਾਂ ਸਾਡੇ ਮਤਲਬ ਇਹ ਤਾਂ ਮੇਰਾ ਹੀ ਬੱਚਾ ਇਹ ਤਾਂ ਸਾਡੇ ਨਾਲ ਹੀ ਕੰਮ ਕਰਦਾ ਹੈ ਮੇਰੇ ਤਹਿਤ ਕੰਮ ਕਰਦਾ ਮੇਰੇ ਅੰਡਰ ਕੰਮ ਕਰਦਾ ਉਹ ਸਾਰੀਆਂ ਚੀਜ਼ਾਂ ਜਦੋਂ ਹੋਈਆਂ ਤਾਂ ਉਹ ਫਿਰ ਮੈਨੂੰ ਲੱਗਿਆ ਕਿ ਯਾਰ ਇਸ ਬੰਦੇ ਨੇ ਮੇਰੇ 'ਤੇ ਕਿਰਪਾ ਕੀਤੀ ਉਸ ਵੇਲੇ ਤਾਂ ਉਹਨਾਂ ਨੇ ਕਿੰਨੇ ਹੀ ਮੇਰੇ ਨਾਲ 2 ਸਾਲ ਮੈਨੂੰ ਮਤਲਬ ਮੇਰੀ ਤਨਖਾਹ ਮਿਲਦੀ ਸੀ ਮੈਨੂੰ ਪਰ ਮੈਂ ਕਦੇ ਬੋਨਸ ਨਹੀਂ ਲਿਆ ਸੀ
ਮੈਂ ਕਿਹਾ ਯਾਰ ਮੈਂ ਕੰਮ ਕਰਦਾ ਨਹੀਂ ਜਿੰਨਾ ਕੁ ਕਰਦਾ ਉਹਨੇ ਕਿ ਮੈਨੂੰ ਮੇਰੀ ਤਨਖਾਹ ਮਤਲਬ ਮੈਂ ਬੋਨਸ ਨਹੀਂ ਲੈਣਾ ਕਿਉਂਕਿ ਮੈਂ ਵੱਧ ਕੰਮ ਕੀਤਾ। ਕਹਿੰਦਾ ਨਹੀਂ ਨਹੀਂ ਆਹ ਭਰ ਦੇ ਤੂੰ, ਆਹ ਮੈਡੀਕਲ ਦਾ ਬਣਾ ਦੇ ਆਪਣਾ ਨੇ। ਮੈਂ ਕਿਹਾ ਮੈਂ ਚੋਰੀਆਂ ਨਹੀਂ ਕਰ ਸਕਦਾ, ਮੈਂ ਜਿੰਨਾ ਕੁ ਮੈਨੂੰ ਮਿਲਿਆ ਨਾ ਉਹਨੇ ਕੀ ਕਰ ਸਕਦਾ। ਸੋ ਮੈਂ ਉਹਨਾਂ ਦੇ ਸਦਕੇ ਜਾਵਾਂ, ਕੁਰਬਾਨ ਜਾਵਾਂ ਜਿਹੜੇ ਜਿਹਨਾਂ ਨੇ ਮੇਰੇ ਲਈ ਇੰਨਾ ਪਿਆਰ ਕੀਤਾ, ਸਤਿਕਾਰ ਕੀਤਾ। ਔਰ ਫਿਰ ਮੈਨੂੰ ਸੈਕਟਰੀ ਸਾਹਿਬ ਸਾਡੇ ਸੀਗੇ ਜਿਹੜੇ, ਉਹਨਾਂ ਦੀ ਬਹੁਤ ਵੱਡੀ ਪੋਸਟ ਸੀ, ਉਹ ਕਹਿੰਦੇ ਯਾਰ ਗੁਰਦਾਸ ਤੈਨੂੰ ਤੇਰੀ ਨੌਕਰੀ ਤੂੰ ਖੁਦ ਕਰ ਤਾਂ ਰਿਹਾ ਨਹੀਂ, ਤੈਨੂੰ ਸਰਕਾਰ ਪੈਸੇ ਦੇ ਰਹੀ ਹੈ। ਮੈਂ ਕਿਹਾ ਮੈਨੂੰ ਦੱਸੋ ਕੀ ਕਰਨਾ। ਉਹ ਕਹਿੰਦੇ ਵੀ ਅਸਤੀਫਾ ਦੇ ਯਾਰ, ਇੱਕ ਮੁੰਡਾ ਮਤਲਬ ਨਵਾਂ ਹੈ ਵਿਚਾਰਾ, ਗਰੀਬ ਘਰ ਤੋਂ ਹੈ, ਅਤੇ ਉਹਦੀ ਨੌਕਰੀ ਮਿਲ ਜਾਏਗੀ ਉਹਨੂੰ, ਉਹਦੀ ਰੋਟੀ ਰੋਜ਼ੀ ਲੱਗ ਜਾਏਗੀ, ਅਤੇ ਤੁਸੀਂ ਤਾਂ ਮਾਲਕ ਨੇ ਤੁਹਾਨੂੰ ਦਿੱਤਾ ਹੀ ਆਲਰੇਡੀ, ਨਾਮ ਦਿੱਤਾ, ਇੱਜ਼ਤ ਦਿੱਤੀ, ਰੋਜ਼ੀ ਰੁਜ਼ਗਾਰ ਵੀ ਦਿੱਤਾ। ਮੈਂ ਕਿਹਾ ਮੈਂ ਤੂੰ ਹੁਣੇ ਕਰਵਾ ਦੂੰ, ਮੈਂ ਉਦੋਂ ਹੀ ਕਰਦਾ। ਉਹ ਮੈਨੂੰ ਫਿਰ ਬਾਅਦ 'ਚ ਜਦੋਂ ਇਹਨਾਂ ਦੀ ਚਿੱਠੀ ਆ ਗਈ ਇਲੈਕਟ੍ਰੀਸਿਟੀ ਬੋਰਡ ਦੀ, ਕਹਿੰਦੇ ਭਾਈ ਤੂੰ ਪਹਿਲਾਂ ਮਹੀਨਾ ਦੱਸਣਾ ਪੈਣਾ, ਦੱਸਣਾ ਚਾਹੀਦਾ ਸੀ ਕਿ ਮੈਂ ਅਸਤੀਫਾ ਦੇ ਰਿਹਾ। ਕਹਿੰਦੇ ਇੰਨੇ ਦਿਨਾਂ ਦੀ ਤਨਖਾਹ ਪੂਰੀ ਕੱਢੋ, ਇੰਨੇ ਮਹੀਨਿਆਂ ਦੀ ਤਨਖਾਹ ਕੱਢੋ। ਮੈਂ ਕਿਹਾ ਪਲੀਜ਼, ਮੈਂ ਤਾਂ ਕਿਸੇ ਦਿਨ ਪ੍ਰੋਗਰਾਮ ਕਰਵਾ ਲੈਣਾ, ਔਰ ਗੀਤ ਲਿਖਿਆ ਦੇਖੋ ਉਹਨਾਂ ਦੇ ਉੱਤੇ ਲਿਖਿਆ, ਕਿਉਂਕਿ ਜਿਹੜੇ ਘਰ ਦਾ ਖਾਈਏ, ਜਿਹੜੀ ਥਾਲੀ ਦਾ ਖਾਈਏ, ਜਿਹੜੇ ਮਹਿਕਮੇ ਦਾ ਖਾਈਏ, ਉਹਦਾ ਸਤਿਕਾਰ ਮਨ ਦੇ ਵਿੱਚ ਰਹਿਣਾ ਜ਼ਰੂਰੀ ਹੈ। ਸੋ ਮੇਰੇ ਅੰਦਰ ਸੀਗਾ, ਮੈਂ ਉਹ ਪੇਸ਼ ਕਰ ਰਿਹਾ ਲਾਈਨਾਂ ਜਿਹੜੀਆਂ ਹੈਗੀਆਂ ਕਿ ਵਾਹੀ ਬਿਜਲੀ ਹੈ, ਬਿਜਲੀ ਦੇ ਉੱਤੇ ਬਿਜਲੀ ਮਹਿਕਮੇ 'ਚ ਕੰਮ ਕੀਤਾ, ਵਾਹੀ ਬਿਜਲੀ ਹੈ ਜਾਂ ਨਾ ਬਿਜਲੀ ਹੈ, ਵਾਹ ਤੇਰੀ ਰੋਸ਼ਨਾਈ, ਤੂੰ ਇੰਦਰ ਦੇ ਅਖਾੜੇ ਵਿੱਚੋਂ ਪਰੀ ਉਤਰ ਕੇ ਆਈ, ਬੂੰਦ ਬੂੰਦ ਤੇਰੀ ਮੋਤੀ ਵਰਗੀ ਨਦੀਆਂ ਵਿੱਚ ਸਮਾਈ, ਇਹ ਨਦੀਆਂ ਨੂੰ ਇਕੱਠਿਆਂ ਕਰਕੇ ਨੰਗਲ ਡੈਮ ਬਣਾਈ, ਪਾਵਰ ਹਾਊਸ ਤੋਂ ਚੱਲਦੀ ਜਿਹੜੀ ਹੁਨਰਮੰਦਾਂ ਦੀ ਜਾਈ, ਬਟਨ ਦਬਾਇਆ ਬਲ ਦੇ ਲਾਡੂ ਘੁੱਟ ਚੱਕਿਆਂ ਰੋਸ਼ਨਾਈ, ਬਿਜਲੀ ਬੋਰਡ ਦੇ ਘਰ ਵਾਲੀ ਤੇ ਦੀਵੇ ਦੀ ਭਰਜਾਈ, ਬਿਜਲੀ ਨੇ ਗੁਰਦਾਸ ਮਾਨ ਨੂੰ ਇੱਜ਼ਤ ਬੜੀ ਪਹੁੰਚਾਈ। ਸਦਕੇ ਜਾਵਾਂ ਉਹਨਾਂ ਦੇ ਜਿਹਨਾਂ ਨੇ ਘਰ ਘਰ ਵਿੱਚ ਪਹੁੰਚਾਈ, ਲੱਖ ਲਾਣ ਤਾਂ ਚੋਰਾਂ ਦੇ ਜਿਹੜੇ ਬੈਠੇ ਕੁੰਡੀ ਲਾਏ। ਇਸ ਬਿਜਲੀ ਨੂੰ ਉਹਨਾਂ ਹੀ ਵਰਤੋ ਜਿੰਨੀ ਲੋੜ ਹੈ ਭਾਈ, ਨਹੀਂ ਤੇ ਹੋ ਜਾਓਗੇ ਬਿਜਲੀ ਦੇ ਕਰਜ਼ਾ।